ਦਾ ਹੋਇਆ ਕਿ ਕਦੀ ਕਿਸੇ ਨੇ ਚੁਭਵੀਂ ਗੱਲ ਕੀਤੀ ਹੋਵੇ ਜਿਹੜੇ ਭੁੱਲ ਕਰਦੇ ਨੇ ਬਹੁਤ ਲੋਕ ਗੱਲਾਂ ਕਰਦੇ ਨੇ ਇਹ ਤਾਂ ਕੁੜੀ ਪਹਿਲਾਂ ਕਿਸੇ ਨੇ ਮੈਨੂੰ ਕਿਹਾ ਇਹ ਤਾਂ ਤੇਰੀ ਕੁੜੀ ਕਮਲੀ ਜਿਹੀ ਲੱਗਦੀ ਹੈ ਕੀ ਹੈ ਇਹ ਫਿਰ ਹੁਣ ਅਸੀਂ ਕੀ ਕਰ ਸਕਦੇ ਹਾਂ ਉਹ ਪਰਮਾਤਮਾ ਦੀ ਦੇਣ ਹੈ ਜੋ ਵੀ ਪਰਮਾਤਮਾ ਨੇ ਦਿੱਤਾ ਹੈ ਬਸ ਉਹਦਾ ਸ਼ੁਕਰ ਕਰਦੇ ਹਾਂ ਜੋ ਵੀ ਹੈ ਠੀਕ ਹੈ ਅੱਖਾਂ ਕਿਉਂ ਨਾਮ ਨੇ ਅੱਖਾਂ ਤਾਂ ਨਾਮ ਫਿਰ ਹੁੰਦੀਆਂ ਹੀ ਐ ਕੋਈ ਜੰਦੀਆਂ ਔਰ ਤੁਹਾਨੂੰ ਇਸ ਕੁੜੀ ਨੇ ਪ੍ਰਾਊਡ ਫੀਲ ਕਰਾਇਆ ਬਹੁਤ ਬਹੁਤ ਪ੍ਰਾਊਡ ਫੀਲ ਕਰਾਇਆ ਸਭ ਦੁੱਖ ਲੱਗਦਾ ਦੁੱਖ ਤਾਂ ਲੱਗਦਾ ਸੁਣ ਕੇ ਗੱਲਾਂ ਲੋਕਾਂ ਦੀ ਬਹੁਤ ਦੁੱਖ ਲੱਗਦਾ ਲੇਕਿਨ ਬਰਦਾਸ਼ਤ ਕਰਨਾ ਪੈਂਦਾ ਉਹ ਪਰਮਾਤਮਾ ਦੇਖਦਾ ਹੈ ਉਹ ਜੋ ਨੇ ਦਿੱਤਾ ਉਹ ਉਹ ਨੂੰ ਪਤਾ ਕਿਉਂ ਦਿੱਤਾ ਸੀ ਇਹਦੇ ਕਰਕੇ ਕਿਤੇ ਜਾਂਦੇ ਨਹੀਂ ਸੀ ਵੀ ਇਹਨੂੰ ਲਿਜਾਣਾ ਮੁਸ਼ਕਲ ਹੈ ਲੇਕਿਨ ਅਸੀਂ ਉੜੀਸਾ ਜਿਹੜਾ ਗਏ ਹਾਂ ਸਿਰਫ ਇਹਦੇ ਕਰਕੇ ਹੀ ਗਏ ਹਾਂ ਦੇ ਕੋਈ ਹੀ ਸਾਨੂੰ ਲੈ ਕੇ ਗਈ ਤੇ ਜਾਣ ਵੇਲੇ ਅਸੀਂ ਫਿਰ ਮਤਲਬ ਗਏ ਬਾਈ 에ਅਰ اچھا ਹਮ ਕਿਸੇ ਨੇ ਟਿਕਟਾਂ ਸਪான்ਸਰ ਕੀਤੀਆਂ ਕਹਿੰਦੇ ਜੇ ਤੁਸੀਂ ਵੀ ਇਦਾਂ ਜਾਓਗੇ ਨਾ ਥੱਕ ਥੱਕ ਜੂਗੀ ਇਹ ਫਿਰ ਉੱਥੇ ਜਾ ਕੇ ਇਨਫੋਰਮ ਨਹੀਂ ਕਰਨਾ ਇਨਫੋਰਮ ਕਰਨਾ ਇਹਦੇ ਲਈ ਮੁਸ਼ਕਲ ਹੋ ਜੂ ਤੇ ਵੀ ਤੁਸੀਂ ਬਾਈ 에ਅਰ ਜਾਓ ਥੋੜਾ ਟਾਈਮ ਲੱਗੂਗਾ ਆਉਣ ਵੇਲੇ ਤੁਸੀਂ ਬਾਈ ਟ੍ਰੇਨ ਆ ਜੀ ਜਾਂਦੇ ਅਸੀਂ ਫਿਰ ਬਾਈ 에ਅਰ ਗਏ ਆਉਣ ਵੇਲੇ ਅਸੀਂ ਬਾਈ ਟ੍ਰੇਨ ਆਏ ਉੜੇ ਨੇ ਤੁਹਾਨੂੰ ਜਾਜਾਂ ਦੀ ਸੈਰ ਕਰਾਈ ਜਹਾਜ਼ ਦੀ ਵੀ ਸੈਰ ਕਰਵਾ ਲਈਂ ਦਿੰਨੇ ਆਪਣੀ ਮੰਮੀ ਨੂੰ ਕਿਹਾ ਸੀ ਇੱਕ ਦਿਨ ਨਾ ਤੁਹਾਨੂੰ ਮੈਂ ਹੀ ਲੈ ਕੇ ਜਾਉਂਗੀ ਜਾਂ ਜਾਜਾਂ ਦੀ ਸੈਰ ਕਰਾਉਂਗੀ ਅੱਜ ਉਹਨੇ ਦੇਖੋ ਜੋ ਉਹਨੇ ਕਿਹਾ ਸੀ ਉਹ ਪੂਰਾ ਕੀਤਾ ਪੂਰਾ ਕੀਤਾ ਨੇ ਘਰ ਦੇ ਵਿੱਚ ਸਾਰੇ ਕਹਿੰਦੇ ਕਿ ਕਦੇ ਚੁੱਪ ਵੀ ਰਹਿ ਲਿਆ ਕਰ ਤੇਨੀ ਨਹੀਂ ਉੱਚੀ ਹੱਸਦੀ ਐ ਕੀ ਲੱਗ ਗਿਆ ਤੈਨੂੰ ਜਿਹੜਾ ਇੰਨੀ ਇੰਨੀ ਜ਼ੋਰ ਦੀ ਹੱਸ ਰਹੀ ਹੈ ਇਹਦੀ ਆਦਤ ਹੀ ਹੈ ਨੇ ਪੂਰਾ ਜ਼ੋਰ ਲਾ ਕੇ ਹੱਸਣਾ ਖੁੱਲ ਕੇ ਹੱਸਦੀ ਹੈ ਵਧੀਆ ਗੱਲ ਹੈ ਹਾਂਜੀ ਹਾਂਜੀ ਜਿਹਨੂੰ ਲੋਕ ਕਹਿ ਰਹੇ ਸੀਗੇ ਵੀ ਇਹ ਕੀ ਕਰ ਸਕਦੀ ਹੈ ਕੁਝ ਨਹੀਂ ਕਰ ਸਕਦੀ ਤੇ ਉਹ ਜਾ ਕੇ ਉਹਨਾਂ ਦੇ ਨਾਲ ਕੰਪੀਟੀਸ਼ਨ ਲੜ ਕੇ ਆਈ ਹੈ ਨਾਰਮਲ ਬੱਚਿਆਂ ਨਾਲ ਫਿਰ ਤਾਂ ਖੁਸ਼ੀ ਤਾਂ ਹੋਣੀ ਹੈ ਲੋਕਾਂ ਨੇ ਕਿਹਾ ਕੁਝ ਲੋਕ ਤਾਂ ਬਹੁਤ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਬਹੁਤ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਬਹੁਤ ਕੁਝ ਕਹਿੰਦੇ ਸੀ ਪਰ ਅਸੀਂ ਕਿਸੇ ਦੀ ਪਰਵਾਹ ਨਹੀਂ ਕੀਤੀ ਕਿਸੇ ਦੀ ਪਰਵਾਹ ਨਹੀਂ ਕੀਤੀ ਬਸ ਇਹਦੀ ਪਰਵਰਿਸ਼ ਅਸੀਂ ਬਿਲਕੁਲ ਨਾਰਮਲ ਬੱਚੇ ਦੀ ਤਰ੍ਹਾਂ ਕਰਦੇ ਰਹੇ ਹਾਂ ਪੰਜਾਬ న్యూਸ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਵਿਸ਼ਾਲੀ ਸ਼ਰਮਾ ਕਹਿੰਦੇ ਨੇ ਕਿ ਇਨਸਾਨ ਨੂੰ ਸਿਰਫ ਇੱਕ ਬੰਦਾ ਹੈ ਜਿਹੜਾ ਸਭ ਤੋਂ ਚੰਗੀ ਤਰ੍ਹਾਂ ਸਮਝ ਸਕਦਾ ਹੈ ਜਿਹਨੂੰ ਅਸੀਂ ਬਿਨਾ ਬੋਲੇ ਆਪਣੀ ਗੱਲ ਸਮਝਾ ਸਕਦੇ ਆ ਉਹ ਕੌਣ ਹੈ ਉਹ ਮਾਂ ਆ ਅੱਜ ਜਿਹਨਾਂ ਦੇ ਕੋਲ ਤੁਹਾਨੂੰ ਅਸੀਂ ਲੈ ਕੇ ਆਏ ਆ ਲੜਕੀ ਹੈ 24 ਸਾਲਾਂ ਦੀ ਬਟ ਹੈਂਡੀਕੈਪਡ ਹੈ ਬੋਲ ਨਹੀਂ ਸਕਦੀ ਸਹੀ ਤਰੀਕੇ ਦੇ ਨਾਲ ਪਰ ਉਸ ਨੂੰ ਸਮਝ ਉਸ ਦੀ ਸਾਰੀ ਸਮਝ ਉਸ ਦੀ ਮਾਂ ਨੂੰ ਹੈ ਕਿ ਉਨੂੰ ਕਿ ਕਿ ਸਵੇਲੇ ਵਾਸ਼ਰੂਮ ਜਾਣਾ ਹੈ ਕਿ ਇਸ ਵੇਲੇ ਉਸਨੇ ਖਾਣਾ ਖਾਣਾ ਕਿਸ ਕੀ ਉਹ ਬੋਲਣਾ ਚਾਹ ਰਹੀ ਹੈ ਸ਼ਾਇਦ ਕੋਈ ਨਵਾਂ ਬੰਦਾ ਨਾ ਸਮਝ ਸਕੇ ਉਹਦੀ ਭਾਸ਼ਾ ਨੂੰ ਪਰ ਜਦੋਂ ਉਹ ਆਪਣੀ ਮਾਂ ਵੱਲ ਦੇਖਦੀ ਹੈ ਅੱਖਾਂ ਦੇ ਵਿੱਚ ਅੱਖਾਂ ਪਾਉਂਦੀ ਹੈ ਤਾਂ ਆਟੋਮੈਟਿਕਲੀ ਮਾਂ ਨੂੰ ਸਮਝ ਲੱਗ ਜਾਂਦਾ ਹੈ ਕਿ ਉਹ ਕੀ ਚਾਹੁੰਦੀ ਹੈ ਅੱਜ ਅਸੀਂ ਗੱਲ ਕਰਦੇ ਹਾਂ ਹਰਵਿੰਦਰ ਕੌਰ ਦੀ ਮਾਤਾ ਜੀ ਦੇ ਨਾਲ ਦੇਖ ਸਕਦੇ ਹੋ ਤੁਸੀਂ ਕਿ ਹਰਵਿੰਦਰ ਇਹ ਨੇ ਬਹੁਤ ਸੋਹਣਾ ਕਰਾਊਨ ਪਾਇਆ ਹੋਇਆ ਹੈ ਅਨਦਰ ਮਿਸ ਟੂਰਿਜ਼ਮ ਅੰਬੈਸਡਰ ਨੇ ਵਾ ਜੋ ਮੈਂ ਕਹਿੰਨੀ ਹ ਖਿਤਾਬ ਇੱਕ ਨੋਰਮਲ ਕੁੜੀ ਜਿਹੜੀ ਹੁੰਦੀ ਆ ਉਹ ਲੈਣਾ ਚਾਹਦੀ ਐ ਪਰ ਪੂਰਾ ਨਹੀਂ ਹੋ ਪਾਂਦਾ ਕਈਆਂ ਦਾ ਸੁਪਨਾ ਇਹ ਲੜਕੀ ਜਿਹੜੀ ਕੀ ਅਬਨੋਰਮਲ ਅਬਨੋਰਮਲ ਨਹੀਂ ਕਹਿ ਸਕਦੇ ਆਪਾਂ ਹੈਂਡੀਕੈਪਡ ਐ ਪਰ ਇਹ ਖਿਤਾਬ ਇਸਨੇ ਹਾਸਲ ਕੀਤਾ ਆ ਤੇ ਅੱਜ ਇਹ चौथे आसमान ते होनी है माता जी ने गल कर देस हा श्री काल जी हा श्री काल ठीक हो हां जी हां जी ठीक है बेटी ਦੇ ਬਾਰੇ ਕੀ ਕਹਿਣਾ ਚਾਹੋਗੇ ਬੇਟੀ ਤੇ ਸਾਨੂੰ ਬਹੁਤ ਪ੍ਰਾਊਡ ਹੈ ਬਹੁਤ ਪ੍ਰਾਊਡ ਫੀਲ ਕਰਦੇ ਆ ਅਸੀਂ ਇਹ ਕਿੱਥੇ ਪਹੁੰਚੀ ਹੈ ਹਾਂਜੀ ਹਾਂਜੀ ਤੇ ਪ੍ਰੋਬਲਮ ਕੀ ਹੈ ਅੰਟੀ ਜੀ ਇਹ ਸੈਰੇਬਰਲ ਪਾਲਿਸੀ ਚ ਹੈ ਅੱਛਾ ਜੀ ਸੈਰੇਬਰਲ ਪਾਲਿਸੀ ਬਚਪਨ ਤੋਂ ਹੀ ਬਚਪਨ ਤੋਂ ਹੀ ਜਨਮ ਤੋਂ ਹੀ ਹਿੰਦੀ ਹੈ ਹਾਂਜੀ ਜਨਮ ਫਰਸਟ ਚਾਈਲਡ ਤੁਹਾਡਾ ਹੈ ਹਾਂਜੀ ਜਿੱਦਾਂ ਜਦੋਂ ਪੈਦਾ ਹੋਏ ਇੱਕ ਤਾਂ ਕੁੜੀ ਉਸ ਸਮੇਂ ਦੀ ਗੱਲ ਹੈ ਇੱਕ ਤਾਂ ਕੁੜੀ ਉਤੋਂ ਐਦਾਂ ਵੀ ਹੋ ਗਿਆ ਕਿ ਅਬ ਫਿਜ਼ੀਕਲੀ ਠੀਕ ਨਹੀਂ ਹੈਗੇ ਹਾਂਜੀ ਤਾਂ ਲੋਕਾਂ ਨੇ ਕਿਹਾ ਕੁਝ ਲੋਕ ਤਾਂ ਬਹੁਤ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਬਹੁਤ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਬਹੁਤ ਕੁਝ ਕਹਿੰਦੇ ਸੀ ਪਰ ਅਸੀਂ ਕਿਸੇ ਦੀ ਪਰਵਾਹ ਨਹੀਂ ਕੀਤੀ ਕਿਸੇ ਦੀ ਪਰਵਾਹ ਨਹੀਂ ਕੀਤੀ ਬਸ ਇਹਦੀ ਪਰਵਰਿਸ਼ ਅਸੀਂ ਬਿਲਕੁਲ ਨਾਰਮਲ ਬੱਚੇ ਦੀ ਤਰ੍ਹਾਂ ਕਰਦੇ ਰਹੇ ਹਾਂ ਤੇ ਨਾਰਮਲ ਪਰਵਰਿਸ਼ ਕਰਦੇ ਹਾਂ ਖੁਸ਼ ਮੈਂ ਦਿਖਦੀ ਕਿ ਖੁਸ਼ ਰਹਿੰਦੀ ਹੈ ਹਰ ਵੇਲੇ ਹਰ ਵੇਲੇ ਖੁਸ਼ ਰਹਿੰਦੀ ਹੈ ਇਹਦਾ ਚਿਹਰਾ ਬਸ ਹੱਸੂ ਹੱਸੂ ਕਰਦਾ ਚਿਹਰਾ ਇਹਦਾ ਉਹਦੇ ਨਾਲ ਤੁਹਾਨੂੰ ਹੋਰ ਹਿੰਮਤ ਆਉਂਦੀ ਹੋਣੀ ਹੈ ਕਿ ਨਹੀਂ ਮੇਰੀ ਕੁੜੀ ਮੈਨੂੰ ਖੁਸ਼ ਖੁਸ਼ ਰਹਿੰਦੀ ਹੈ ਤਾਂ ਮੈਨੂੰ ਹੋਰ ਚੰਗੀ ਤਰ੍ਹਾਂ ਸਵਾਰਾਂ ਹਾਂਜੀ ਹਾਂਜੀ ਬਹੁਤ ਇਹ ਤਾਂ ਸਾਨੂੰ ਕਹਿੰਦੀ ਰਹਿੰਦੀ ਹੈ 네ਗੇਟਿਵ ਨਹੀਂ ਕਿਸੇ ਨੂੰ ਹੋਣ ਦਿੰਦੀ ਬਿਲਕੁਲ ਵੀ ਹਰ ਵੇਲੇ ਨੇ ਬਸ ਸਭ ਨੂੰ ਪੋਜ਼ਿਟਿਵ ਹੀ ਰੱਖਣਾ ਕਿਸੇ ਨੂੰ ਉਦਾਸ ਨਹੀਂ ਦੇਖ ਸਕਦੀ ਕਦੀ ਐਦਾਂ ਹੋਇਆ ਕਿ ਕਦੀ ਕਿਸੇ ਨੇ ਚੁਭਵੀਂ ਗੱਲ ਕੀਤੀ ਹੋਵੇ ਜਿਹੜੇ ਬੁੱਲ ਕਰਦੇ ਨੇ ਬਹੁਤ ਲੋਕ ਗੱਲਾਂ ਕਰਦੇ ਨੇ ਇਹ ਤਾਂ ਕੁੜੀ ਪਹਿਲਾਂ ਕਿਸੇ ਨੇ ਮੈਨੂੰ ਕਿਹਾ ਇਹ ਤਾਂ ਤੇਰੀ ਕੁੜੀ ਕਮਲੀ ਜਿਹੀ ਲੱਗਦੀ ਹੈ ਕੀ ਹੈ ਇਹ ਫਿਰ ਹੁਣ ਅਸੀਂ ਕੀ ਕਰ ਸਕਦੇ ਹਾਂ ਉਹ ਪਰਮਾਤਮਾ ਦੀ ਦੇਣ ਹੈ ਜੋ ਵੀ ਪਰਮਾਤਮਾ ਨੇ ਦਿੱਤਾ ਹੈ ਬਸ ਉਹਦਾ ਸ਼ੁਕਰ ਕਰਦੇ ਹਾਂ ਜੋ ਵੀ ਹੈ ਠੀਕ ਹੈ ਦੁੱਖ ਲੱਗਦਾ ਦੁੱਖ ਤਾਂ ਲੱਗਦਾ ਸੁਣ ਕੇ ਗੱਲਾਂ ਲੋਕਾਂ ਦੀ ਬਹੁਤ ਦੁੱਖ ਲੱਗਦਾ ਲੇਕਿਨ ਬਰਦਾਸ਼ਤ ਕਰਨਾ ਪੈਂਦਾ ਉਹ ਪਰਮਾਤਮਾ ਦੇਖਦਾ ਹੈ ਉਹ ਜੋ ਨੇ ਦਿੱਤਾ ਉਹ ਉਹ ਨੂੰ ਪਤਾ ਕਿਉਂ ਦਿੱਤਾ ਕਰਮ ਕਰਮ ਕਹਿੰਦੇ ਨੇ ਕਿ ਸਵਰ ਜਾਂਦੇ ਨੇ ਜਦੋਂ ਘਰ ਦੇ ਵਿੱਚ ਇਹੋ ਜਿਹਾ ਬੱਚਾ ਹਾਂਜੀ ਇਹ ਤਾਂ ਹੈ ਲੱਕੀ ਹਾਂ ਇਹ ਲੱਕੀ ਹੁੰਦਾ ਹੈ ਇਹਨਾਂ ਦੀ ਸੇਵਾ ਆਪ ਕਰਦੇ ਆ ਤੇ ਆਪਣੇ ਆਪ ਕਰਮ ਆਪਣੇ ਸਿੱਧੇ ਹੋਣਗੇ ਹਾਂ ਸ਼ੁਰੂ ਤੋਂ ਲਾ ਕੇ ਸੇਵਾ ਉਹਨਾਂ ਦੀ ਮੈਂ ਕੰਨੀ ਆ ਉਨੀ ਮੇਰੇ ਬੇਟੇ ਦੀ ਨਹੀਂ ਮੈਂ ਕਿੰਨੀ ਜਿੰਨੀ ਇਹਦੀ ਕੀਤੀ ਆ ਬੇਟੇ ਨਾਲੋਂ ਵੀ ਵੱਧ ਕੇ ਰੱਖਿਆ ਮੈਂ ਇਹਨੂੰ ਹਰ ਇਹਦੀ ਡਿਮਾਂਡ ਪੂਰੀ ਹੁੰਦੀ ਹੈ ਹਰ ਡਿਮਾਂਡ ਪੂਰੀ ਹੁੰਦੀ ਹੈ ਕੋਈ ਚੀਜ਼ ਮੰਗੇ ਇਹਨੂੰ ਮਿਲਦੀ ਹੈ ਪਤਾ ਨਹੀਂ ਕਿਵੇਂ ਮਿਲਦੀ ਹੈ ਅਸੀਂ ਤਾਂ ਆਪ ਹੈਰਾਨ ਅੱਖਾਂ ਕਿਉਂ ਨਾਮ ਨੇ ਅੱਖਾਂ ਤਾਂ ਨਾਮ ਫਿਰ ਹੁੰਦੀਆਂ ਹੀ ਆਏ ਹੋਈ ਜਾਂਦੀਆਂ ਪਰ ਤੁਹਾਨੂੰ ਇਸ ਕੁੜੀ ਨੇ ਪ੍ਰਾਊਡ ਫੀਲ ਕਰਾਇਆ ਬਹੁਤ ਬਹੁਤ ਪ੍ਰਾਊਡ ਫੀਲ ਕਰਾਇਆ ਸਾਨੂੰ ਮम्मा ਰੋਣ ਲੱਗ ਪਏ ਕੁਝ ਕਹਿਣਾ ਚਾਹੁੰਦੇ ਹੋ ਕਿ ਚੁੱਪ ਕਰ ਦਿਓ ਕੋ ਚੁੱਪ ਕਰ ਦਿਓ ਕੋਈ ਗੱਲ ਨਹੀਂ ਅੱਜ ਕੁੜੀ ਨੇ ਤੁਹਾਨੂੰ ਚੰਗੇ ਦਿਨ ਵੀ ਦਿਖਾਏ ਐ ਇਹਦੇ ਕਰਮਾਂ ਦਾ ਖੱਟਿਆ ਬਹੁਤ ਕੁਝ ਮਿਲਿਆ ਹੋਣਾ ਤੁਹਾਨੂੰ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਮम्मा ਨੂੰ ਪਿਆਰ ਕਰਦੇ ਹੋ ਪਾਪਾ ਨੂੰ ਹਾਏ ਯਾਰ ਸਾਰਿਆਂ ਨੂੰ ਸਾਰਿਆਂ ਨੂੰ ਹਾਈ ਵੀਰਾ ਆ ਵੀਰਾ ਇੱਕ ਛੋਟਾ ਆ ਹਾਈ ਛੋਟਾ ਇਸ ਤੋਂ 2 ਸਾਲ 2 ਸਾਲ ਛੋਟਾ ਇਸ ਤੋਂ ਆਹ ਕਿਹਨੇ ਪਵਾਇਆ ਸੀਗਾ ਆਹ ਆਹ ਕਿਹਨੇ ਪਵਾਇਆ ਸੀ ਸੁੰਦਰ ਸੁੰਦਰ ਲੱਗਦੇ ਪਏ ਤੁਸੀਂ ਸੋਹਣੇ ਲੱਗਦੇ ਪਏ ਥੈਂਕ ਯੂ ਥੈਂਕ ਯੂ ਇਹ ਕੱਪੜੇ ਕਿਹਨੇ ਕਿਹਨੇ ਸਵਾਕੇ ਦਿੱਤੇ ਇਹ ਕੱਪੜੇ ਅੱਲਾ ਆ ਗਿਆ ਅੱਛਾ ਮੰਮਾ ਨੇ ਆ ਗਿਆ ਆ ਗਿਆ ਡਿਜ਼ਾਈਨ ਕਰਵਾਉਣੀ ਇਹ ਆਪ ਡਿਜ਼ਾਈਨ ਦੱਸਦੀ ਐ ਤੇ ਮੈਂ ਬਣਾਉਣੀ ਆ ਮੇਰੀ ਬਟਿਕ ਦਾ ਕੰਮ ਕੀ ਕਹਿੰਦੇ ਹੋ ਇਹਦਾ ਇਹ ਕੋਈ ਨਹੀਂ ਡਿਜ਼ਾਈਨ ਕਰਵਾਉਣੀ ਆ ਜਿੱਦਾਂ ਦੇ ਉਹਨਾਂ ਦੇ ਮੰਮੀ ਸਿਲਦੇ ਆ ਇਹ ਕਹਿ ਰਹੇ ਹਾਂਜੀ ਹਾਂਜੀ ਖੁਸ਼ੀ ਹੁੰਦੀ ਐ ਸਿਰ ਦੇ ਉੱਤੇ ਕਰਾਊਨ ਪਾ ਕੇ ਹਾਂਜੀ ਕਿਰਨ ਬੇਦੀ ਮੈਮ ਨੂੰ ਵੀ ਮਿਲੇ ਹੋ ਹਾਂਜੀ ਉਹਨਾਂ ਨੇ ਤੁਹਾਨੂੰ ਪਿਆਰ ਕੀਤਾ ਵੋਇਸ ਬਹੁਤ ਜ਼ਿਆਦਾ ਨਹੀਂ ਬਹੁਤ ਪਿਆਰ ਕੀਤਾ ਉਹ ਫੈਸ਼ਨ ਡਿਜ਼ਾਈਨਰ ਦੇ ਤੌਰ ਤੇ ਇਹਨੂੰ ਤੇ ਮਤਲਬ ਇਹ ਕੀ ਹੈ ਹਾਂ ਫੈਸ਼ਨ ਡਿਜ਼ਾਈਨਰ ਦਾ ਇਹਨੂੰ ਦੇ ਕੇ ਗਏ ਨੇ ਉਹ ਤੇ ਮਾਡਲ ਦਾ ਅੱਛਾ ਦੇ ਕੇ ਗਏ ਹੈ ਟਰੋਫੀ ਹਾਂਜੀ ਜਿੱਥੇ ਤੁਸੀਂ ਕੰਪੀਟੀਸ਼ਨ ਲਈ ਗਏ ਸੀਗੇ ਉੱਥੇ ਬੱਚੇ ਸਾਰੇ ਐਦਾ ਦੇ ਸੀਗੇ ਕਿ ਸਹੀ ਵੀ ਨਹੀਂ ਉਹ ਠੀਕ ਸੀਗੇ ਉਹਨਾਂ ਦੀ ਜਿਵੇਂ ਲੱਤ 'ਚ ਤਕਰੀਬਨ ਉਹਨਾਂ ਦੀ ਲੱਤ 'ਚੀ ਪ੍ਰੋਬਲਮ ਸੀ ਕੋਈ ਫੋੜੀਆਂ ਨਾਲ ਤਰਤਾ ਸੀ ਉਦਾਂ ਨਾਰਮਲ ਸੀਗੇ ਉਦਾਂ ਇਹੋ ਜਿਹਾ ਕੋਈ ਨਹੀਂ ਸੀ ਬੱਚਾ ਇਹ ਸਿਰਫ ਇਹ ਸੀ ਉਹਨਾਂ ਦੇ ਵਿੱਚੋਂ ਵੀ ਜੇ ਉਹਨਾਂ ਸਿਰਫ ਲੱਤ 'ਚ ਪ੍ਰੋਬਲਮ ਸੀ ਐਦਾਂ ਇਹਦੇ ਮੁਕਾਬਲੇ ਮੁਕਾਬਲੇ ਤੋਂ ਕੁਝ ਵੀ ਨਹੀਂ ਸੀਗੇ ਨਾ ਤਾਂ ਫਿਰ ਉਦੋਂ ਖੁਸ਼ੀ ਹੋਈ ਕਿ ਕੁੜੀ ਸਾਡੀ ਨੇ ਨਾਂ ਰੋਸ਼ਨ ਕੀਤਾ ਨਾਰਮਲ ਬੱਚਿਆਂ ਦੇ ਨਾਲ ਸਮਝੋ ਨਾਰਮਲ ਸੀ ਸਾਰੇ ਉਹ ਨਾਰਮਲ ਬੱਚਿਆਂ ਦੇ ਨਾਲ ਇਹਨੇ ਕੰਪੀਟੀਸ਼ਨ ਲੜਿਆ ਤੇ ਖੁਸ਼ੀ ਤਾਂ ਹੋਊਗੀ ਜਿਹਨੂੰ ਲੋਕ ਕਹਿ ਰਹੇ ਸੀਗੇ ਵੀ ਇਹ ਕੀ ਕਰ ਸਕਦੀ ਹੈ ਕੁਝ ਨਹੀਂ ਕਰ ਸਕਦੀ ਤੇ ਉਹ ਜਾ ਕੇ ਉਹਨਾਂ ਦੇ ਨਾਲ ਕੰਪੀਟੀਸ਼ਨ ਲੜ ਕੇ ਆਇਆ ਨਾਰਮਲ ਬੱਚਿਆਂ ਨਾਲ ਫਿਰ ਤਾਂ ਖੁਸ਼ੀ ਤਾਂ ਹੋਣੀ ਹੈ ਪੜ੍ਹਾਈ ਪੜ੍ਹਾਈ ਕੀਤੀ ਇਹਨਾਂ ਨੇ ਹਾਂਜੀ 10ਵੀਂ ਤੱਕ 10ਵੀਂ ਦੇ ਵਿੱਚ ਇਹਨੂੰ ਰਾਈਟਰ ਨਹੀਂ ਮਿਲਿਆ ਇਹਨੂੰ ਸਪੀਚ ਦੀ ਪ੍ਰੋਬਲਮ ਆਉਂਦੀ ਹੈ ਹਾਂ ਬੋਲ ਨਹੀਂ ਸਕਦੇ ਸੀ ਹਾਂ ਉਹਦੇ ਕਰਕੇ ਕੋਈ ਬੱਚਾ ਮਿਲ ਨਹੀਂ ਰਿਹਾ ਕੋਈ ਸਮਝੇ ਤਾਂ ਪੇਪਰ ਦੇ ਬਈ ਵੈਸੇ ਜਿਹੜੀ ਕਿਤਾਬਾਂ ਦੇ ਵਿੱਚ ਪੜ੍ਹਦੀ ਆ ਸਮਝ ਆ ਰਹੀ ਹੈ ਨੂੰ ਸਮਝ ਆ ਰਹੀ ਹੈ ਸਭ ਕੁਝ ਯਾਦ ਕਰ ਲੈਣੀ ਮੈਂ ਖੁਦ ਪੜ੍ਹਾਉਣੀ ਆ ਇਹਨੂੰ ਮੈਂ ਖੁਦ ਪੜਾਇਆ ਹੁਣ ਤੱਕ 5ਵੀਂ ਵਿੱਚ ਪੇਪਰ ਮੈਂ ਦੇਤੇ ਸੀ ਇਹਦੇ ਫਿਰ 8ਵੀਂ ਦੇ ਵਿੱਚ ਉਹ ਕਹਿੰਦੇ ਮਾਂ ਨਹੀਂ ਦੇ ਸਕਦੀ ਫਿਰ ਅਸੀਂ ਕੋਈ ਬੱਚਾ ਤਿਆਰ ਕੀਤਾ ਉਹ ਤੋਂ ਦਵਾਈ ਫਿਰ ਇਹ 10ਵੀਂ ਦੇ ਵਿੱਚ ਸਾਨੂੰ ਹੁਣ ਰਾਈਟਰ ਨਹੀਂ ਮਿਲਿਆ ਬਹੁਤ ਮੈਂ ਘੁੰਮੀ ਕਦੇ ਕਿਸੇ ਦੀਆਂ ਮਿੰਨਤਾਂ ਕਰੀਆਂ ਕਦੇ ਕਿਸੇ ਦੀਆਂ ਨਹੀਂ ਮਿਲਿਆ ਕੋਈ ਕੋਈ ਸਮਝ ਨਹੀਂ ਸਕਦਾ ਨੂੰ ਇਹਦੀ ਗੱਲ ਤਾਂ ਕਰਕੇ ਫਿਰ ਇਹਦੀ 10ਵੀਂ ਨਿਕਲੀਅਰ ਹੋ ਸਕੇ ਤੁਹਾਨੂੰ ਐ ਲੱਗਦਾ ਹੈ ਕਿ ਕਿਤੇ ਨਾ ਕਿਤੇ ਮੇਰੀ ਕੁੜੀ ਪਿੱਛੇ ਰਹਿ ਰਹੀ ਹੈ ਬਾਕੀ ਬੱਚਿਆਂ ਨਾਲ ਨਹੀਂ ਹੁਣ ਤਾਂ ਮੈਨੂੰ ਇਹ ਲੱਗ ਰਿਹਾ ਵੀ ਸਭ ਤੋਂ ਅੱਗੇ ਇਹੀ ਹੈ ਇਸ ਤੋਂ ਅੱਗੇ ਕੋਈ ਹੋ ਹੀ ਨਹੀਂ ਸਕਦਾ ਜਿੱਥੇ ਤੱਕ ਜਿਹੜੇ ਮੁਕਾਮ ਤੇ ਇਹ ਪਹੁੰਚ ਗਈ ਹੈ ਤੁਸੀਂ ਇਲਾਜ ਨਹੀਂ ਕਰਾਇਆ ਕਿ ਇਲਾਜ ਬਹੁਤ ਕਰਵਾਇਆ ਹੈ ਅਸੀਂ ਬਹੁਤ ਦੂਰ ਦੂਰ ਤੱਕ ਲੈ ਕੇ ਗਏ ਆ ਇਹ ਤਾਂ ਸੈਰੇਬਰਲ ਪਾਲਸੀ ਹੈ ਜਿਹੜੀ ਇਹਦਾ ਇਲਾਜ ਇਦਾਂ ਦਵਾਈਆਂ ਨਾਲ ਨਹੀਂ ਹੁੰਦਾ ਇਹ ਤਾਂ ਬਹੁਤ ਟਾਈਟਨੈਸ ਸੀ ਇਹਦੇ ਸਰੀਰ 'ਚ ਪਹਿਲਾਂ ਹੁਣ ਹੌਲੀ ਹੌਲੀ ਜਾਨੀ ਫਿਜ਼ੀਓਥੈਰੇਪੀ ਕਰਾਉਂਦੇ ਰਹੇ ਆ ਅਸੀਂ ਹੌਲੀ-ਪ੍ਰੀ ਇਹਦੀ ਉਹ ਜਿਹੜੀ ਟਾਈਟਨੈਸ ਸੀ ਉਹ ਖਤਮ ਹੋ ਗਈ ਬਿਲਕੁਲ ਤਾ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਬਾਹਰ ਜਾਂਦੇ ਹੋ ਸਾਰੇ ਤੁਹਾਨੂੰ ਦੇਖਦੇ ਆ ਤੁਸੀਂ ਕਰਾਊਨ ਪਾਇਆ ਹੋਇਆ ਸੈਸ਼ ਪਾਇਆ ਹੋਇਆ ਕਿੰਨੀ ਖੁਸ਼ੀ ਹੁੰਦੀ ਹੈ ਲੋਕੀ ਫੋਟੋਆਂ ਖਚਾਉਂਦੇ ਹੈ ਹੈ ਦੇਖ ਗਏ ਨਹੀਂ ਹਜੇ ਕਾਰੀ ਹੈ ਉਹਨਾਂ ਦੀ ਹਜੇ ਕਿਤੇ ਗਏ ਨਹੀਂ ਨਹੀਂ ਕਾਰੀ ਹੈ ਹਜੇ ਇੰਟਰਵਿਊ ਚੱਲਦੀਆਂ ਨੇ ਕਦੇ ਕੋਈ ਆਉਂਦਾ ਕਦੇ ਕੋਈ ਆਉਂਦਾ ਹੈ ਕਾਰੀ ਹੁੰਦੀ ਹੈ ਹਜੇ ਘੁੰਮਣ ਨਹੀਂ ਕਿਤੇ ਗਏ ਇੰਸਟਾਗ੍ਰam ਦੇ ਉੱਤੇ ਫੇਮਸ ਹੇ ਸ਼ਾਇਰ ਹੇ ਸ਼ਾਇਰ ਥੋੜੀ ਬਹੁਤ ਥੋੜੀ ਬਹੁਤ ਥੋੜੀ ਬਹੁਤ ਕੋਈ ਨਹੀਂ ਹੁਣ ਅਸੀਂ ਤੁਹਾਨੂੰ ਫੇਮਸ ਕਰ ਦੇਣਾ ਹੁਣ ਇੰਸਟਾਗ੍ਰam ਤੇ ਦੇਖਿਓ ਤੁਹਾਨੂੰ ਕਿੰਨੇ ਜਾਣੇ ਫੋਲੋ ਕਰੂਗੇ ਠੀਕ ਹੈ ਅਸੀਂ ਵੀਡੀਓ ਬਣਾਵਾਂਗੇ ਬਾਅਦ ਵਿੱਚ ਉਹਦੇ ਵਿੱਚ ਅਸੀਂ ਤੁਹਾਡੇ ਨਾਲ ਕੋਲਾਬ ਕਰਾਂਗੇ ਉਹਦੇ ਵਿੱਚ ਤੋਂ ਤੁਹਾਨੂੰ ਉਹਨਾਂ ਨੂੰ ਕਹਾਂਗੇ ਲੋਕਾਂ ਨੂੰ ਕਿ ਜਲਦੀ ਜਲਦੀ ਹਰਵਿੰਦਰ ਨੂੰ ਫੋਲੋ ਕਰ ਲਓ ਠੀਕ ਹੈ ਖੁਸ਼ ਹੋ ਜਾਓਗੇ ਫਿਰ ਬਹੁਤ ਖੁਸ਼ ਬਾਟਿ ਦੇਉਂਗੇ ਫਿਰ ਪੱਕਾ ਪੱਕਾ ਬਈ ਪਾਰਟੀ ਕਿੱਥੇ ਦੇਣੀ ਹੈ ਚਪਾਟੀ ਕਿੱਥੇ ਦੇਣੀ ਹੈ ਇੱਥੇ ਕਿਉਂ ਕਿੱਥੇ ਕਹੋਗੇ ਬਹੁਤ ਸੋਣਾ ਅਸੀਂ ਤੁਹਾਨੂੰ ਪਾਰਟੀ ਵਾਸਤੇ ਲੈ ਕੇ ਚੱਲਾਂਗੇ ਠੀਕ ਹੈ ਠੀਕ ਹੈ ਐਸੇ ਕੌਣ ਦੋ ਪਾਰਟੀਆਂ ਤਾਂ ਬਹੁਤ ਸ਼ੌਂਕ ਹੈ ਪਾਰਟੀਆਂ ਤਾਂ ਬਹੁਤ ਸ਼ੌਂਕ ਹੈ ਥੋੜੇ ਦਿਨਾਂ ਬਾਅਦ ਕਹਿੰਦੀ ਹੈ ਕੋਈ ਪਾਰਟੀ ਹੋਵੇ ਤੇ ਘਰ ਹੀ ਆਪਦੀਆਂ ਫਰੈਂਡਸ ਨੂੰ ਬੁਲਾ ਲੈਂਦੀ ਹੈ ਫਿਰ ਪਾਰਟੀ ਕਰ ਲੈਂਦੀਆਂ ਨੇ ਇੱਥੇ ਆਪ ਦਾ ਇੰਜੋਏ ਕਰਦੀ ਹੈ ਬਹੁਤ ਇਹਨੂੰ ਤਾਂ ਇਹ ਇੰਨਾ ਗੱਲਾਂ ਦਾ ਸ਼ੌਂਕ ਹੈ ਡਾਂਸ ਕਰਦੇ ਹੋ ਹਾਂ ਜੀ ਹੈ ਕਿਹੜਾ ਗਾਣਾ ਫੇਵਰਿਟ ਕਿਹੜਾ ਬਈ ਤੇ ਅਮ ਪੰਜਾਬੀ ਗਾਣੇ ਪੰਜਾਬੀ ਗਾਣੇ ਅੱਛਾ ਪੰਜਾਬੀ ਗਾਣੇ ਪਸੰਦ ਹੈ ਫੇਵਰਿਟ ਸਿੰਗਰ ਕਿਹੜਾ ਦਿਲਜੀਤ ਦੋਸਾਂਜ ਇੰਦਰੀ ਜੀ ਗੁਰੂ ਅਮ ਗੁਰਨਾਮ ਪੁੱਲਰ ਭਾਈ ਇੱਕ ਨੀਉ ਨੀਮਰਤ ਖਹਿਰਾ ਕੀ ਕੋ ਨੀਮਰਤ ਖਹਿਰਾ ਗੁਰਨਾਮ ਪੁੱਲਰ ਨਿਮਰਤ ਖੈਰਾ ਦਿਲਜੀਤ ਉਹ ਸਾਜ ਪਸੰਦ ਹੈ ਕੁੜੀ ਨੂੰ ਕਿਆ ਬਾਤ ਹੈ ਕਦੀ ਮਿਲਿਆ ਮਿਲਾ ਦਈਏ ਤੁਹਾਨੂੰ ਫਿਰ ਪਹਿਲਾਂ ਮੈਂ ਦੱਸੋ ਜੇ ਮੈਂ ਮਿਲਾਇਆ ਮੈਨੂੰ ਕੀ ਮਿਲੂਗਾ ਜੋ ਕਹੋਗੇ ਐਨੇ ਖੁਸ਼ ਹੋਇਓ ਕਦੀ ਇੰਟਰਵਿਊ ਦੇ ਕੇ ਗੱਲ ਪਹਿਲਾਂ ਮੈਂ ਕੋਸ਼ਿਸ਼ ਹੀ ਰਹਿਣੀ ਹੈ ਮੈਂ ਤਾਂ ਕੋਸ਼ਿਸ਼ ਹੀ ਰਹਿਣੀ ਹੈ ਕਹਿੰਦੇ ਨੇ ਪੋਜ਼ਿਟਿਵ ਔਰਾ ਹੈ ਪੋਜ਼ਿਟਿਵ ਔਰਾ ਇਸ ਲੜਕੀ ਦਾ ਜਦ ਅਸੀਂ ਐਂਟਰ ਆਏ ਅਸੀਂ ਮੂੰਹ ਬੰਨਿਆ ਹੋਇਆ ਸੀ ਇਹਨੂੰ ਪਤਾ ਨਹੀਂ ਸੀ ਕੌਣ ਹੈ ਕੌਣ ਨਹੀਂ ਪਰ ਉਹ ਦੂਰੋਂ ਖੁਸ਼ ਹੋ ਗਈ ਤੇ ਐ ਕਰਨ ਲੱਪੀ ਹੈ ਅਸੀਂ ਆ ਕੇ ਇਹਨੂੰ ਮਿਲੇ ਤੇ ਉਹ ਦੇਖ ਕੇ ਪਤਾ ਲੱਗਦਾ ਕਿ ਕੁੜੀ ਖੁਸ਼ ਰਹਿੰਦੀ ਹੈ ਕੁਝ ਹੋਰ ਕਹਿਣਾ ਚਾਹੋਗੇ ਇਹਦੇ ਬਾਰੇ ਕਿੱਥੇ ਕਿੱਥੇ ਤੱਕ ਇਹਨਾਂ ਨੇ ਕਿੱਥੇ ਘੁੰਮੇ ਨੇ ਕਿੱਥੇ ਕਿੱਥੇ ਤੱਕ ਤੁਸੀਂ ਇਹਨਾਂ ਨੂੰ ਲੈ ਕੇ ਗਏ ਹੋ ਇਹ ਤਾਂ ਅਸੀਂ ਇਹਦੇ ਕਰਕੇ ਕਿਤੇ ਜਾਣਦੇ ਨਹੀਂ ਸੀ ਵੀ ਇਹਨੂੰ ਲਿਜਾਣਾ ਮੁਸ਼ਕਲ ਹੈ ਲੇਕਿਨ ਅਸੀਂ ਉੜੀਸਾ ਜਿਹੜਾ ਗਏ ਹਾਂ ਸਿਰਫ ਇਹਦੇ ਕਰਕੇ ਹੀ ਗਏ ਹਾਂ ਦੇਖੋ ਇਹੀ ਸਾਨੂੰ ਲੈ ਕੇ ਗਈ ਤੇ ਜਾਣ ਵੇਲੇ ਅਸੀਂ ਫਿਰ ਮਤਲਬ ਗਏ ਬਾਈ 에ਅਰ ਅੱਛਾ ਹਮ ਕਿਸੇ ਨੇ ਟਿਕਟਾਂ ਸਪான்ਸਰ ਕੀਤੀਆਂ ਕਹਿੰਦੇ ਜੇ ਤੁਸੀਂ ਵੀ ਇਦਾਂ ਜਾਓਗੇ ਨਾ ਥੱਕ ਜੋ ਥੱਕ ਜੂਗੀ ਇਹ ਫਿਰ ਉੱਥੇ ਜਾ ਕੇ ਇਨਫੋਰਮ ਨਹੀਂ ਕਰਨਾ ਇਨਫੋਰਮ ਕਰਨਾ ਇਹਦੇ ਲਈ ਮੁਸ਼ਕਲ ਹੋ ਜੂ ਤੇ ਵੀ ਤੁਸੀਂ ਬਾਈ 에ਅਰ ਜਾਓ ਥੋੜਾ ਟਾਈਮ ਲੱਗੂਗਾ ਆਉਣ ਵੇਲੇ ਤੁਸੀਂ ਬਾਈ ਟ੍ਰੇਨ ਆ ਜਿਓ ਜਾਂਦੇ ਅਸੀਂ ਫਿਰ ਬਾਈ 에ਅਰ ਗਏ ਆਉਣ ਵੇਲੇ ਅਸੀਂ ਬਾਈ ਟ੍ਰੇਨ ਆਈ ਇਸ ਕੁੜੀ ਨੇ ਇਸ ਕੁੜੀ ਨੇ ਤੁਹਾਨੂੰ ਜਾਜਾ ਦੇ ਸੈਰ ਕਰਾਇਆ ਜਹਾਜ਼ ਦੀ ਵੀ ਸੈਰ ਕਰਵਾ ਦਿੱਤੀ ਕੰਦੀ ਮੈਂ ਆਪਣੀ ਮੰਮੀ ਨੂੰ ਕਿਹਾ ਸੀ ਇੱਕ ਦਿਨ ਤੁਹਾਨੂੰ ਮੈਂ ਹੀ ਲੈ ਕੇ ਜਾਉਂਗੀ ਜਾਂ ਜਾਜਾ ਦੀ ਸੈਰ ਕਰਾਉਂਗੀ ਅੱਜ ਉਹਨੇ ਦੇਖੋ ਜੋ ਉਹਨੇ ਕਿਹਾ ਸੀ ਉਹ ਪੂਰਾ ਕੀਤਾ ਪੂਰਾ ਕੀਤਾ ਨੇ ਉੱਥੇ ਜਾ ਕੇ ਲੋਕੀ ਕਹਿੰਦੇ ਹੋਣੇ ਆ ਕਿ ਉਹਨੇ ਨਹੀਂ ਸਾਨੂੰ ਕਿਹਾ ਉਹ ਕਹਿੰਦੇ ਵੀ ਤੁਸੀਂ ਪੰਜਾਬ ਤੋਂ ਐਡੀ ਦੂਰ ਉੜੀਸਾ ਤੱਕ ਆਏ ਹੋ ਇਹਨੂੰ ਕੁਐਸਚਨ ਕੀਤਾ ਨਾ ਉਹਨਾਂ ਨੇ ਮਾਡਲਿੰਗ ਜਦੋਂ ਚੱਲਦੀ ਸੀ ਇਹਨੂੰ ਕੁਐਸਚਨ ਕੀਤਾ ਵੀ ਤੁਸੀਂ ਉੜੀਸਾ ਤੱਕ ਆਏ ਹੋ ਪੰਜਾਬ ਤੋਂ ਚੱਲ ਕੇ ਤੁਹਾਨੂੰ ਮੁਸ਼ਕਲ ਨਹੀਂ ਲੱਗਿਆ ਇਹ ਕਹਿੰਦੀ ਮੈਂ ਆਪਣੇ ਸੁਪਨਿਆਂ ਕੋ ਪੰਖ ਲਗਾਉਣੇ ਕੇ ਲਈ ਆਈ ਹਾਂ ਕੀ ਬਾਤ ਹੈ ਕੀ ਬਾਤ ਹੈ ਉੱਥੇ ਕੁਐਸਚਨਸ ਪੁੱਛੇ ਸੀ ਤੁਹਾਨੂੰ ਆਲਸ ਪ੍ਰਾਈਜ਼ ਵੀ ਮਿਲਿਆ ਸੀ ਹਾਂ ਸੀ ਜਵਾਬ ਸਾਰੇ ਅੱਛੇ ਦਿੱਤੇ ਸੀ ਆਪਣੇ ਵੱਲੋਂ ਤਾਂ ਵਧੀਆ ਹੀ ਦਿੱਤੇ ਸੀ ਅੱਛਾ ਗੱਲਾਂ ਸਾਰੀਆਂ ਹੁੰਦੀਆਂ ਇਹਨਾਂ ਨੂੰ ਮੈਨੂੰ ਇਹ ਦੱਸੋ ਮੰਮੀ ਨੂੰ ਜ਼ਿਆਦਾ ਪਿਆਰ ਕਰਦੇ ਹੋ ਪਾਪਾ ਨੂੰ ਮੈਂ ਪੁੱਛ ਚੁੱਕੀ ਸੀ ਨਾ ਮੈਲਾ ਇਹ ਕਿ ਵੀਰੇ ਨੂੰ ਚੀਜ਼ਾ ਕੌਣ ਲਿਆ ਲਿਆ ਕੇ ਦਿੰਦਾ ਘਰੇ ਉਹ ਵੀ ਉਹ ਨੂੰ ਮੰਮੀ ਮੰਮੀ ਲਿਆ ਕੇ ਖਾਣਾ ਪੀਣਾ ਕੀ ਪਸੰਦ ਹੈ ਹਾਂ ਹਾਂ ਯਾਰ ਫਾਸਟ ਫੂਡ ਫਾਸਟ ਫੂਡ ਡਾਕਟਰ ਨੇ ਕਿਹਾ ਨਹੀਂ ਨਹੀਂ ਖਾਣਾ ਡਾਕਟਰ ਕੋਲ ਜਾਂਦੇ ਹੀ ਨਹੀਂ ਡਾਕਟਰ ਕੋਲ ਜਾਂਦੇ ਹੀ ਨਹੀਂ ਕੰਮ ਹੀ ਮਕਾਤਾ ਸੀ ਡਾਕਟਰ ਕੋਲ ਨਹੀਂ ਜਾਣਾ ਨਹੀਂ ਪੈਂਦੀ ਜ਼ਰੂਰ ਤੇ ਨਹੀਂ ਪੈਂਦੀ ਸੋ ਬਹੁਤ ਵਧੀਆ ਲੱਗਿਆ ਹਰਵਿੰਦਰ ਦੇ ਨਾਲ ਮਿਲ ਕੇ ਬਹੁਤ ਸੋਹਣੀ ਕੁੜੀ ਬਹੁਤ ਪਿਆਰੀਆਂ ਗੱਲਾਂ ਕਰਦੀ ਹੈ ਬੋਲ ਨਹੀਂ ਸਕਦੀ ਤਾਂ ਇੰਨੀਆਂ ਗੱਲਾਂ ਕਰਦੀ ਹੈ ਜੇ ਇਹ ਬੋਲਦੀ ਹੁੰਦੀ ਇਹਨੇ ਤਾਂ ਘਰ ਸਿਰ ਤੇ ਚੱਕ ਲੈਣਾ ਸੀ ਕਰ ਦੇ ਵਿੱਚ ਸਾਰੇ ਕਹਿੰਦੇ ਕਿ ਕਦੇ ਚੁੱਪ ਵੀ ਰਹਿ ਲਿਆ ਕਰ। ਕਹਿੰਦੇ ਨੇ ਉੱਚੀ ਹੱਸਦੀ ਹੈ। ਵੀ ਕੀ ਲੱਭ ਗਿਆ ਤੈਨੂੰ ਜਿਹੜਾ ਇੰਨੀ ਜ਼ੋਰ ਦੀ ਹੱਸ ਰਹੀ ਹੈ। ਇਹਦੀ ਆਦਤ ਹੀ ਹੈ ਨੇ ਪੂਰਾ ਜ਼ੋਰ ਲਾ ਕੇ ਹੱਸਣਾ। ਖੁੱਲ ਕੇ ਹੱਸਦੀ ਹੈ। ਵਧੀਆ ਗੱਲ ਹੈ। ਹਾਂਜੀ ਹਾਂਜੀ। ਵਧੀਆ ਲੱਗਦੀ ਹੈ। ਉਹੀ ਬੱਚਾ ਰੋਂ ਰੋਂ ਕਰਕੇ ਟਾਈਮ ਪਾਸ ਕਰੇ। ਹੈਨਾ ਉਹ ਮਾਪੇ ਵੀ ਦੇਖ ਦੇਖ ਕੇ ਫਿਰ ਉਦਾਸ ਹੋਣਗੇ। ਬੱਚੇ ਨੇ ਤਾਂ ਹੋਣਾ ਹੀ ਹੈ। ਉਹੀ ਬੱਚਾ ਜੇ ਖੁਸ਼-ਖੁਸ਼ ਰਹਿੰਦਾ ਤਾਂ ਅਸੀਂ ਵੀ ਖੁਸ਼ ਹਾਂ ਇਹਨੂੰ ਦੇਖ ਕੇ। ਤੁਸੀਂ ਕਹਿੰਿਆ ਕਿ ਇਹਦਾ ਮਨ ਕਰਦਾ ਹੈ ਹਰ ਚੌਥੇ ਦਿਨ ਕਿ ਮੈਂ ਪਾਰਟੀ ਕਰਾਂ ਜਦੋਂ ਪਾਰਟੀ ਕਰਦੀ ਹੈ ਫਰੈਂਡਸ ਬੁਲਾਉਂਦੀ ਹੈ ਫਰੈਂਡਸ ਕਹੇ ਜੇ ਨੇ ਇਹਦੇ ਫਰੈਂਡਸ ਵੀ ਇਦਾਂ ਦੇ ਹੈਗੇ ਹਾਂ ਇਦਾਂ ਦੇ ਹੀ ਨੇ ਜਿਹੜੇ ਮਤਲਬ ਆਸ਼ੀਰਵਾਦ ਸਕੂਲ 'ਚ ਪੜ੍ਹਦੀ ਸੀ ਨਾ ਉੱਥੋਂ ਇਹ ਨਾਲ ਪੜ੍ਹਦੇ ਸੀ ਜਿਹੜੇ ਉਹਨਾਂ ਨੂੰ ਹੀ ਬੁਲਾਉਂਦੀ ਹੁੰਦੀ ਹੈ ਦੂਜੇ ਵੀ ਹੈਗੇ ਵੈਸੇ ਤਾਂ ਨਾਰਮਲ ਵੀ ਸਾਰੇ ਗਲੀ ਦੇ ਵਿੱਚੋਂ ਵੀ ਇਹ ਬੁਲਾ ਲੈਂਦੀ ਹੈ ਜਿਨ੍ਹਾਂ ਦੇ ਨਾਲ ਇਹਦੀ ਬਣਦੀ ਹੈ ਬੁਲਾ ਲੈਂਦੀ ਤੁਸੀਂ ਕਹਿੰਦੇ ਦੂਜੇ ਵੀ ਹੈ ਇਦਾਂ ਦੇ ਦੂਜੇ ਵੀ ਹੈਗੇ ਕਹਿੰਦੀ ਇਹ ਨਹੀਂ ਸਮਝਣਾ ਕਿ ਸਿਰਫ ਉਹੀ ਫਰੈਂਡਸ ਐ ਇੱਕ ਬਹੁਤ ਸੋਹਣੀ ਚੀਜ਼ ਸਿੱਖਣ ਨੂੰ ਮਿਲੀ ਕਿ ਕਿਸੇ ਵੀ ਹਾਲਾਤ ਦੇ ਵਿੱਚ ਖੁਸ਼ ਰਹਿਣਾ ਚਾਹੀਦਾ ਆ ਮਰੂ ਮਰੂ ਕਰਕੇ ਜ਼ਿੰਦਗੀ ਜੀਣ ਜੀਣਾ ਮੈਨੂੰ ਲੱਗਦਾ ਨਹੀਂ ਕਿ ਸਹੀ ਚੀਜ਼ ਐ ਇਸ ਕਰਕੇ ਖੁਸ਼ੀ ਖੁਸ਼ੀ ਦਿਓ ਜੋ ਸਾਡੇ ਕੋਲ ਨਹੀਂ ਐ ਉਸ ਚੀਜ਼ ਦੀ ਕਾਮਨਾ ਕੋਈ ਨਾ ਕੋਈ ਕਰਦਾ ਹੋਵੇਗਾ ਤਾਂ ਸ਼ੁਕਰ ਕਰੋ ਉਸ ਪਰਮਾਤਮਾ ਦਾ ਜੋ ਨੇ ਸਾਨੂੰ ਦਿੱਤਾ ਆ ਬਹੁਤ ਬਹੁਤ ਸ਼ੁਕਰ ਐ ਉਸ ਦਾ ਕਿਉਂਕਿ ਇਸ ਬੱਚੇ ਨੂੰ ਦੇਖ ਕੇ ਇਹ ਚੀਜ਼ ਸਿੱਖਣ ਨੂੰ ਮਿਲਦੀ ਐ ਕਿ ਕਿਸੇ ਵੀ ਹਾਲਾਤ ਦੇ ਵਿੱਚ ਖੁਸ਼ ਰਹੋ ਜੇਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸੋਹਣੇ ਸੋਹਣੇ ਕਮੈਂਟਸ ਕਰਿਓ ਕੁੜੀ ਨੂੰ ਅਪਰੀਸ਼ੀਏਟ ਕਰਿਓ ਤੇ ਕੁੜੀ ਨੂੰ ਕਰ ਦੇਣਾ ਫੇਮਸ ਕਿਉਂਕਿ ਉਹਦੀ ਇੱਕੋ ਤਮੰਨਾ ਹੈ ਕਿ ਮੈਂ ਫੇਮਸ ਹੋਣਾ ਚਾਹੁੰਦੀ ਹਾਂ ਇੱਕ ਜਾਂਦੇ ਜਾਂਦੇ ਆਪਣਾ ਫੋਨ ਨੰਬਰ ਦੱਸ ਦੋ ਹਰਕੌਰ ਪੱਛੂ ਆਈਡੀ ਹੈ ਦੀ ਇੰਸਟਾ ਦੀ ਅੱਛਾ ਕੁੜੀ ਕਹਿੰਦੀ ਮੈਂ ਇੰਸਟਾਗ੍ਰam ਦੇ ਉੱਤੇ ਫੇਮਸ ਹੋਣਾ ਹਰਕੌਰ ਪੱਛੂ ਹਰਕੌਰ ਪੱਛੂ ਕਰਕੇ ਕੁੜੀ ਦੀ ਆਈਡੀ ਹੈ ਤੁਸੀਂ ਜ਼ਰੂਰ ਫੋਲੋ ਕਰੋ ਫੋਨ ਨੰਬਰ ਨਹੀਂ ਦੇਣਾ ਹੈਗਾ ਉੱਥੇ ਦਾ ਹੈ ਕੋ ਉੱਥੇ ਸਾਰਾ ਕੁਝ ਹੈ ਅੱਛਾ ਉੱਥੇ ਸਾਰਾ ਕੁਝ ਹੈ ਉੱਥੇ ਜਾ ਕੇ ਇਹਨੂੰ ਫੋਲੋ ਕਰੋ ਤੇ ਕੁੜੀ ਨੂੰ ਕਰ ਦਿਓ ਫੇਮਸ ਬਣੇ ਲੋ ਸਾਡੇ ਚੈਨਲ ਦਾ ਮੈਨੂੰ ਦੋ ਇਜਾਜ਼ਤ ਧੰਨਵਾਦ